حضرات آباد بلند اپنے آپ کا مولا جناب محمد مصطفیٰ صلی اللہ علیہ وسلم کی بارگاہ کی آت محبت مزاد شوق طرف عشق کے نال اس سونے کی محفل دا بہانہ بنا کے دل دے اندر سب دے گنبد دا نشانہ جما کے ایک مرتبہ درود پاک صلاۃ و سلام شیخ
ਭੁੱਖ ਨੇ ਤੰਗ ਕੀਤਾ, ਮੈਂ ਉੱਠ ਕੇ ਜਾ ਕੇ ਸਬਜ਼ੇ ਕੁੰਡ ਦੇ ਸਲੇਰੀ ਜਾਲੀ ਪਕੜੀ, ਮੈਂ ਬੇਹੋਸ਼ ਹੋ ਗਿਆ। ਉਹ ਭੁੱਖ ਦੇ ਨਾਲ ਮੈਂ ਕੀ ਵੇਖਦਾ, ਮੇਰੇ ਨਾਨਾ ਮੁਸਤਫਾ ਨੇ ਰੋਜ਼ੇ ਵਿੱਚੋਂ ਹੱਥ ਕੱਢਿਆ, ਕੱਢ ਕੇ ਛੋਟਾ ਜਿਹਾ ਟੁਕੜਾ ਮੈਨੂੰ ਮੇਰੇ ਹੱਥ ਵਿੱਚ ਦਿੱਤਾ। ਮੈਂ ਬੇਟਾ ਅੱਧਾ ਖਾ ਲੈ, ਅੱਧਾ ਰੱਖ ਲੈ, ਤੇਰਾ ਸਫ਼ਰ ਮੁਕੰਮਲ ਹੋ ਜਾਏਗਾ। ਆ ਫਰਮਾਉਂਦੇ ਮੈਂ ਉਸੇ ਨਸ਼ੇ 'ਚ ਥੋੜ੍ਹਾ ਜਿਹਾ ਖਾਧਾ, ਮੈਂ ਨਾ ਜੇਲ੍ਹ 'ਚ ਮਾਰਿਆ, ਔਰ ਮੇਰੀ ਭੁੱਖ ਵੀ ਖਤਮ ਹੋ ਗਈ, ਤਾਕਤ ਵੀ ਆ ਗਈ। ਕਿਲੇ ਮੈਂ ਅੱਖ ਖੋਲਦਾ, ਮੈਂ ਕੀ ਦੇਖਿਆ, ਮੇਰੇ ਸਾਹਮਣੇ ਇੱਕ ਨੌਜਵਾਨ ਖਲੋਤਿਆ, ਸੋਹਣਾ ਲਿਬਾਸ ਆਉਂਦਾ ਕਹੇ, ਅਬਦੁਲ ਹੱਕ ਮੈਂ ਤੇਰੇ ਕੋਲ ਆਇਆ, ਮੈਂ ਤੇਰੀ ਮਿੰਨਤ ਕਰਦਾ ਆਇਆ, ਜਿੱਦਾਂ ਇੱਥੋਂ ਲੈ ਕੇ ਹਿੰਦੁਸਤਾਨ ਤੋਂ ਹੀ ਖਰਚਾ ਹੈ, ਉਹ ਸਾਰਾ ਮੇਰੇ ਗੁਰੂ ਲੈ ਲੈ, ਸਬਰ ਖਰਚਾ ਵੀ ਲੈ ਲੈ, ਪਰ ਜਿਹੜਾ ਟੁਕੜਾ ਤੈਨੂੰ ਰਸੂਲ ਉੱਲਾ ਨੇ ਖਿਲਾਇਆ, ਜਿਹੜਾ ਬਚ ਗਿਆ ਹੋਵੇ ਨਾ ਮੈਨੂੰ ਅਤਾ ਕਰ ਦੇ। ਮੈਂ ਤੇ ਖਾਬ ਵਿੱਚ ਲਿਆ ਸੀ, ਉਹ ਆਪਣੀ ਜੇਬ ਵਿੱਚ ਪਾਇਆ ਸੀ, ਲੇਕਿਨ ਤੂੰ ਕਿਸ ਤਰ੍ਹਾਂ ਵੇਖਿਆ, ਤੂੰ ਕਿਸ ਤਰ੍ਹਾਂ ਵੇਖਿਆ। ਫਰਮਾਇਆ, ਹੇ ਅਬਦੁਲ ਹੱਕ, ਤੂੰ ਮਤਲਬ ਦੇ ਖਾਬ ਦੇ ਅੰਦਰ ਲੈ ਗਿਆ, ਤੇ ਮੈਂ ਅੱਖਾਂ ਖੋਲ ਕੇ ਨਬੀ ਦਾ ਦੀਦਾਰ ਵੀ ਕਰ ਰਿਹਾ ਸਾਂ, ਉਸ ਟੁਕੜੇ ਨੂੰ ਵੀ ਵੇਖ ਰਿਹਾ ਸਾਂ। ਪਤਾ ਚੱਲਿਆ ਜਿਹੜਾ ਨਬੀ ਦਾ ਆਸ਼ਿਕ, ਜਿਹੜਾ ਨਬੀ ਕਰੀਮ ਦੀ ਸੁਣਨ ਦਾ ਪੈਰੋਕਾਰ, ਜਿੱਥੇ ਵੀ ਹੋਵੇ ਸਭ ਤੋਂ ਪਹਿਲਾਂ ਸ਼ਰੀਰ ਤੇ ਕੁਰਬਾਨ ਜਾ। ਹਜ਼ੂਰ ਗਰੀਬ ਨਵਾਜ਼ ਖੁਤਬੇ ਆਲਮ ਸ਼ਹਿਨਸ਼ਾਹ ਦਾ ਹਜ਼ਰਤ ਈਦਗਾਹ ਸ਼ਰੀਫਾ ਦੇ ਅੰਦਰ ਸਾਹਿਬ, ਆਪ ਜ਼ਿੰਦਗੀ ਪੂਰੀ ਐਸੇ ਉੱਪਰ ਸਰਫ ਕੀਤੀ ਹੈ ਕਿ ਹਰ ਨਬੀ ਦਾ ਗੁਲਾਮ ਨਬੀ ਦੀ ਸੁਣਨ ਦਾ ਪੈਰੋਕਾਰ ਹੋ ਜਾਏ, ਨਬੀ ਕਰੀਮ ਦੀ ਸੁਣਨ ਦਾ ਪੈਰੋਕਾਰ ਹੋ ਜਾਏ ਹਰ ਮੈਦਾਨ ਚੋਂ ਲੱਭ ਜਾਂਦਾ, ਜਿਹੜਾ ਨਬੀ ਕਰੀਮ ਦੀ ਸੁਣ। ਹਜ਼ੂਰ ਅਲੈਹਿ ਸਲਾਤੁ ਵਸਲਾਮ ਦੀ ਹਦੀਸ ਪਾਕ ਹੈ, ਜਿਸ ਮਾਨੇ ਜਿਸਦੇ ਲੋਕ ਮੇਰੀਆਂ ਸੁਨਤਾਂ ਦੀ ਇਤਨੀ ਪਰਵਾਹ ਨਾ ਕਰਨਗੇ, ਜਦੋਂ ਮੇਰੀ ਸੁਣਨ ਦਾ ਇਤਨਾ ਗੌਰ ਤੇ ਧਿਆਨ ਨਾ ਕਰਨਗੇ, ਜਿਹੜਾ ਮੇਰਾ ਉਮਤੀ ਉਸ ਮਾਨੇ 'ਚ ਇੱਕ ਮੇਰੀ ਸੁਣਨ ਜ਼ਿੰਦਾ ਕਰੇਗਾ, ਮੇਰਾ ਅੱਲਾ ਉਸ ਮੇਰੇ ਉਮਤੀ ਨੂੰ 100 ਸ਼ਹੀਦ ਦਾ ਸਵਾਬ ਅਦਾ ਕਰੇਗਾ, 100 ਸ਼ਹੀਦ ਦਾ ਸਵਾਬ। ਫਿਰ ਮਦੀਨਾ ਪਾਕ ਦੀ ਹਾਜ਼ਰੀ ਤਵੱਜੋ ਚਾਹਾਂਗਾ, ਕਿ ਜਿੱਥੇ ਪੁਰਾਣੇ ਮੁਸ਼ਾਇਰ ਸੀ ਉਹ ਮਦੀਨਾ ਪਾਕ ਦੀ ਹਾਜ਼ਰੀ ਦੇ ਤੜਫਦੇ ਰਹਿੰਦੇ ਸੀ, ਰੋਂਦੇ ਹੀ ਰਹਿੰਦੇ ਸੀ, ਹਰ ਵਕਤ ਜਦੋਂ ਮਦੀਨਾ ਪਾਕ ਦਾ ਨਾਮ ਉਹਨਾਂ ਦੀਆਂ ਅੱਖਾਂ ਚੋਂ ਆਂਸੂ ਛਲ ਛਲਦੇ ਸੀ। ਪੀਰ ਜਮਾਤ ਅਲੀ ਸ਼ਾਹ ਸਾਹਿਬ ਮੁਹੱਦਸ ਅਲੀ ਪੁਰੀ ਫਰਮਾਉਂਦੇ, ਮੈਂ ਰੋਂਦਾ ਰਸੂਲ ਤੋਂ ਨਿਕਲਿਆ, ਮੈਂ ਛੋਟਾ ਜਿਹਾ ਬੱਚਾ ਵੇਖਿਆ, ਉਹ ਕੇਲੇ ਦੀਆਂ ਛਿਲੜਾਂ ਚਾ ਕੇ ਖਾਣ ਲੱਗਿਆ ਸੀ। ਮੈਨੂੰ ਤਰਸ ਆਇਆ, ਮੈਂ ਕਿਹਾ ਬੇਟਾ ਤੇਰਾ ਬਾਪ ਹੈ ਨਾ, ਅਰਜ਼ ਕੀਤੀ ਉਦੋਂ ਮੇਰਾ ਬਾਪ ਕੋਈ ਨਹੀਂ, ਮਾਂ ਹੈ, ਅਰਜ਼ ਕੀਤੀ ਉਦੋਂ ਮੇਰੀ ਮਾਂ ਵੀ ਨਹੀਂ, ਨਾ ਮੇਰਾ ਬਾਪ ਹੈ ਨਾ ਮੇਰੀ ਮਾਂ ਹੈ, ਖਾਣੇ ਵਾਸਤੇ ਕੋਈ ਚੀਜ਼ ਨਹੀਂ, ਤਾਂ ਇਹ ਕੇਲੇ ਦੀ ਛਿਲ ਚੁੱਕ ਕੇ ਖਾਧੀਏ। ਆਪ ਨੇ ਫਰਮਾਇਆ, ਬੇਟਾ ਮੈਂ ਤੇਰਾ ਬਾਪ ਬਣ ਜਾਣਾ ਰਵਾਨੀ, ਤੈਨੂੰ ਮੈਂ ਹਿੰਦੁਸਤਾਨ 'ਚ ਲੈ ਚੱਲਣਾ ਆ, ਤੈਨੂੰ ਆਲਾ ਉਸਤਾਦ ਦਿਆਂਗਾ, ਆਲਾ ਖਾਣਾ ਦਿਆਂਗਾ, ਆਲਾ ਲਿਬਾਸ ਦਿਆਂਗਾ, ਆਲਾ ਰਿਹਾਇਸ਼ ਦਿਆਂਗਾ, ਆਲਾ ਤਾਲੀਮ
ایک سادی جی مسجد، سادی تو مراد ہے کچی مسجد سی، کوئی قالین نہیں سی پایا، سادے جی کانڈے پئے سی، میں اودے اندر جی لے گیا تے اگے ایک بزرگ بیٹھیا، میں وضو کیتا، پہلا وضو تو دو نفل پڑھی، نفل پڑھنے تو بعد آپ فرمانے میں نماز اصل دی پڑھی، اصل نماز پڑھ رہا تو بزرگ میرا نہیں سوچا ہے اللہ دا کیتا مستمی کتے جا رہے ہیں کوئی بندہ نہیں ہوتا
ولی آیا ہوتا جا کے دیدار پتا لگا کہ ہوں تھوڑے تھوڑے کوئی فرق پی گئے آج کا پہلے چشتی نقشبندی قادری آپ بولو پیر بھائی سر لیکن دعا کرو اللہ اوئے محبت پھر دوبارہ رہے واہ اوئے محبت آ جا پھر دوبارہ حضور بابا جی صاحب کی بارگاہ پتا چلیا کہ پیر پٹھان تشریف لے رہے اور جانے میں راول پنڈی حضرت صاحب خواجہ گاجگان خواجہ فقیر محمد رحمت اللہ علیہ ایک میل چورا ہی میں ٹوٹو کے بعد آپ لائف سے فرمایا میں نور اتچار کر رہا جب وہ صاحب انہوں نے دل کے میں خواجہ